गुड मॉर्निंग स्टूडेंट्स, आज असीं कहानी पढ़ांगे। कहानी का नाम है बागां दा राखा। जिहड़ी बागां दा राखा कहानी है, एक कहानीकार प्रिंसिपल सुजान सिंह दी लिखी हुई है। बागां दा राखा कहानी प्रिंसिपल सुजान सिंह दी लिखी हुई है। इस कहानी दे विच कहानीकार ने साडे समाज दे विच दलित कामियां दी गरीबी कारण दुखां नूं पेश कीता जां अपमानित भरी हालत नूं पेश कीता। ठीक है, कहानीकार इस कहानी विच दसदा वी किवें जिहड़े मजदूर ने जां दलित वर्ग दे लोक ने उहनां नूं अमीर वर्गां दे लोकां दा शिकार बनना पैंदा ते उहनां दीआं जिहड़ियां गालियां गलोच सुणनियां पैंदियां, उहनां नूं किसे ना किसे तरीके दे नाल अपमानित कीता जांदा। ठीक है, कहानी दे विच दो करैक्टर मेन बणदे आ। जिहड़े सब तों फस्ट है बारू, सेकेंड है लालू शाह। ठीक है, बारू कौन है? दलित वर्ग ना संबंध रखने वाला है। लालू शाह कौन है? जो बागां दा मालिक है। नौकरी तो भी कढ दिंदा, उह असीं कहानी दे विच पढ़ांगे। सब तो पहले असीं बारू दे करैक्टर बारे पढ़ते हैं। जिहड़ा बारू है उह बागां दा राखा कहानी दा मुख पात्र आ। ठीक है, उहदा असल नाम बहादुर सी, पर बार विच जम्मण करके उस नूं सारे बारू ही कहिंदे सन। ਉਹ ਇੱਕ ਹਰੀਜਨ ਸੀ। ਉਹ ਪਾਕਿਸਤਾਨ ਦੇ ਵਿੱਚੋਂ ਆਏ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ, ਮਤਲਬ ਜਿਹੜੇ ਲੋਕ ਪਾਕਿਸਤਾਨ ਦੇ ਵਿੱਚੋਂ ਉੱਜੜ ਕੇ ਆਏ ਸੀ ਉਹਨਾਂ ਪਰਿਵਾਰਾਂ ਦੇ ਨਾਲ ਸੰਬੰਧ ਰੱਖਦਾ ਸੀ। ਠੀਕ ਹੈ, ਉਹ ਲਾਲੂ ਸ਼ਾਹ ਦੇ ਖੇਤਾਂ ਦੇ ਵਿੱਚ ਮਤਲਬ ਬਾਗਾਂ ਦੇ ਵਿੱਚ ਕੰਮ ਕਰਦਾ ਸੀ ਤੇ ਉਹਦੀ ਉਮਰ ਸੀ ਜਿਹੜੀ 15-16 ਵਰੇ ਸੀ। ਉਹਦੀ ਸਾਲਾਨਾ ਦੀ ਮਹੀਨੇ ਦੀ ਆਮਦਨ ਮਤਲਬ ਸਿਰਫ 17 ਰੁਪਏ ਸੀ। ਠੀਕ ਹੈ, ਉਹ ਆਪਣੀ ਮਾਂ, ਵੱਡੇ ਭਰਾ, ਭਰਜਾਈ ਤੇ ਉਸਦੇ 3 ਬੱਚਿਆਂ ਦੇ ਨਾਲ ਰਹਿੰਦਾ ਸੀ। ਉਸਦਾ ਪਿਓ ਮਰ ਚੁੱਕਾ ਸੀ ਤੇ ਲਾਲੂ ਸ਼ਾਹ ਦੇ ਬਾਗਾਂ ਦੀ ਰਾਖੀ ਦਾ ਕੰਮ ਕਰਦਾ ਸੀ। ਹੁਣ ਇੱਥੋਂ ਤੱਕ ਅਸੀਂ ਇਹ ਹੀ ਪੜਿਆ ਵੀ ਜਿਹੜਾ ਬਾਰੂ ਹੈ ਉਹ ਇੱਕ ਗਰੀਬ ਵਰਗ ਦੇ ਨਾਲ ਸੰਬੰਧ ਰੱਖਦਾ ਸੀ। ਠੀਕ ਹੈ, ਤੇ ਲਾਲੂ ਸ਼ਾਹ ਦੇ ਖੇਤਾਂ ਦੇ ਵਿੱਚ ਕੰਮ ਕਰਦਾ ਸੀ। 15-16 ਸਾਲ ਦੀ ਉਹਦੀ ਉਮਰ ਸੀ, 17 ਰੁਪਏ ਜਿਹੜੀ ਉਹਦੀ ਮਹੀਨੇ ਦੀ ਆਮਦਨ ਸੀ, ਜਿਹਦੇ ਕਰਕੇ ਉਹਦੇ ਜਿਹੜੇ ਘਰ ਦਾ ਗੁਜ਼ਾਰਾ ਉਹ ਬਹੁਤ ਔਖਾ ਚੱਲਦਾ ਸੀ। ਠੀਕ ਹੈ, ਲਾਲੂ ਸ਼ਾਹ ਨੇ ਉਸਨੂੰ ਲੰਮਾ ਪਿਆ ਦੇਖ ਕੇ ਗਾਲਾਂ ਕੱਢਣੀਆਂ ਤੇ ਉਸਨੂੰ ਰੋਕਣ ਤੇ ਉਸਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ। ਜੇ ਬਾਗਾਂ ਦੀ ਗੱਲ ਕਰੀਏ ਤਾਂ ਬਾਗਾਂ ਦੇ ਵਿੱਚ ਬਾਰੂ ਜਦੋਂ ਕੰਮ ਕਰਦਾ ਸੀ ਤਾਂ ਉਹਨੂੰ ਬਹੁਤ ਜ਼ਿਆਦਾ ਬੁਖਾਰ ਸੀ। ਠੀਕ ਹੈ, ਬੁਖਾਰ ਦੇ ਕਾਰਨ, ਮਲੇਰੀਏ ਦੇ ਬੁਖਾਰ ਕਾਰਨ ਉਹ ਬਾਗਾਂ ਦੇ ਵਿੱਚ ਲੰਮਾ ਪਿਆ ਸੀ ਤੇ ਜਿਹੜਾ ਲਾਲੂ ਸ਼ਾਹ ਸੀ ਇਸ ਗੱਲੋਂ ਨਾਰਾਜ਼ ਹੁੰਦਾ ਸੀ ਤੇ ਉਸਨੂੰ ਨੌਕਰੀ ਕੱਢਣ ਮਤਲਬ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਸੀ। ਠੀਕ ਹੈ, ਮਤਲਬ ਉਹਨੂੰ ਗਾਲੀ ਗਲੋਚ ਵੀ ਦਿੰਦਾ ਸੀ, ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਪਮਾਨਿਤ ਵੀ ਕਰਦਾ ਸੀ। ਠੀਕ ਹੈ, ਸਭ ਤੋਂ ਫਸਟ ਪੁਆਇੰਟ ਹੈ ਇਹਦਾ ਸਵੈਮਾਨ ਵਾਲਾ। ਸਵੈਮਾਨ ਵਾਲਾ ਜਿਹੜਾ ਬਾਰੂ ਸੀ ਉਹ ਇੱਕ ਸਵੈਮਾਨ ਦਾ ਪਾਤਰ ਸੀ, ਸਵੈਮਾਨ ਵਾਲਾ ਨੌਜਵਾਨ ਸੀ। ਠੀਕ ਹੈ, ਭਾਵੇਂ ਕਿ ਜਿਹੜਾ ਲਾਲੂ ਸ਼ਾਹ ਦੇ ਬਾਗਾਂ ਦੇ ਵਿੱਚ ਉਹ ਕੰਮ ਕਰਦਾ ਸੀ, ਪਰ ਫਿਰ ਵੀ ਉਹਨੂੰ ਲਾਲੂ ਸ਼ਾਹ ਦੀਆਂ ਜਿਹੜੀਆਂ ਗਾਲਾਂ ਉਹ ਬਰਦਾਸ਼ਤ ਕਰਨੀਆਂ ਪਈਆਂ। ਠੀਕ ਹੈ, ਉਹ ਨੌਕਰੀ ਛੱਡ ਕੇ ਘਰ ਚਲਾ ਜਾਂਦਾ ਤੇ ਜਦੋਂ ਉਹ ਘਰ ਚਲਾ ਜਾਂਦਾ ਉਹਦੀ ਨੌਕਰੀ ਛੁੱਟ ਜਾਂਦੀ ਹੈ ਤੇ ਉਹ ਘਰੇ ਜਾ ਕੇ ਆਪਣੀ ਮਾਂ ਤੇ ਭਰਜਾਈ ਨੂੰ ਆਪਣੀ ਨੌਕਰੀ ਬਾਰੇ ਦੱਸਦਾ। ਠੀਕ ਹੈ, ਤੇ ਉਹਦੀ ਮਾਂ ਵੀ ਉਹਨੂੰ ਗਾਲਾਂ ਕੱਢਣ ਲੱਗ ਜਾਂਦੀ ਆ ਵੀ ਇੰਨੀਆਂ ਕੁ ਗਾਲਾਂ ਨਾਲ ਤੇਰੀ ਕਿਹੜਾ ਲੱਤ ਟੁੱਟ ਜਾਣੀ ਸੀ। ਠੀਕ ਹੈ, ਮਤਲਬ ਇੱਥੋਂ ਇਹ ਸਾਬਿਤ ਹੁੰਦਾ ਵੀ ਉਹ ਇੱਕ ਸਵੈਮਾਨ ਵਾਲਾ ਇਨਸਾਨ ਸੀ। ਠੀਕ ਹੈ, ਸੈਕਿੰਡ ਹੈ ਇੱਕ ਤਰਸਯੋਗ ਪਾਤਰ। ਕਹਾਣੀ ਵਿੱਚ ਅਸੀਂ ਦੇਖਦੇ ਹਾਂ ਵੀ ਜਿਹੜਾ ਬਾਰੂ ਹੈ ਉਹਦੀ ਇੱਕ ਤਰਸਯੋਗ ਹਾਲਤ ਨੂੰ ਪੇਸ਼ ਕੀਤਾ ਗਿਆ। ਠੀਕ ਹੈ, ਕਿਉਂ? ਕਿਉਂਕਿ ਉਹ
ਖੇਤਾਂ ਦੇ ਵਿੱਚ ਬਾਗਾਂ ਦੇ ਵਿੱਚ ਕੰਮ ਕਰਦਾ ਸੀ ਪਰ ਫਿਰ ਵੀ ਉਹਦੀ ਜਿਹੜੀ ਘਰ ਦੀ ਹਾਲਤ ਸੀ ਬਹੁਤ ਜ਼ਿਆਦਾ ਖਰਾਬ ਸੀ ਠੀਕ ਹੈ 17 ਰੁਪਏ ਦੇ ਨਾਲ ਉਹਦੇ ਘਰ ਦਾ ਗੁਜ਼ਾਰਾ ਨਹੀਂ ਸੀ ਚੱਲਦਾ ਤੇ ਜਦੋਂ ਮਤਲਬ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਬਾਗਾਂ ਦੇ ਵਿੱਚ ਫਿਰ ਵੀ ਉਹ ਕੰਮ ਕਰਨ ਜਾਂਦਾ ਸੀ ਜਿੱਥੇ ਉਹਨੂੰ ਮਤਲਬ ਰੋਟੀ ਨਹੀਂ ਸੀ ਮਿਲਦੀ ਤਾਂ ਉਹ ਬਾਗਾਂ ਦੇ ਵਿੱਚ ਲੋਕਾਠਾਂ ਖਾ ਖਾ ਕੇ ਹੀ ਆਪਣਾ ਗੁਜ਼ਾਰਾ ਕਰਦਾ ਸੀ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਇਸ ਕਹਾਣੀ ਦੇ ਵਿੱਚ ਬਾਰੂ ਦੀ ਇੱਕ ਤਰਸਯੋਗ ਹਾਲਤ ਨੂੰ ਪੇਸ਼ ਕੀਤਾ ਠੀਕ ਹੈ ਨੈਕਸਟ ਅਸੀਂ ਗੱਲ ਕਰਦੇ ਹਾਂ ਲਾਲੂ ਸ਼ਾਹ ਦੇ ਬਾਰੇ ਲਾਲੂ ਸ਼ਾਹ ਦੇ ਬਾਰੇ ਗੱਲ ਕਰੀਏ ਤਾਂ ਲਾਲੂ ਸ਼ਾਹ ਲੋਗਾਠਾਂ ਦੇ ਬਾਗਾਂ ਦਾ ਮਾਲਕ ਸੀ ਠੀਕ ਹੈ ਬਾਰੂ ਉਸਦਾ ਨੌਕਰ ਸੀ ਜਿਹੜਾ ਬਾਰੂ ਸੀ ਉਹਦੇ ਬਾਗਾਂ ਦੇ ਵਿੱਚ ਕੰਮ ਕਰਦਾ ਸੀ ਠੀਕ ਹੈ ਉਹ ਸਿਰਫ 5-7 ਜਮਾਤਾਂ ਪੜ੍ਹਿਆ ਹੋਇਆ ਸੀ ਜੇ ਉਹਦੇ ਅਸੀਂ ਕਰੈਕਟਰ ਦੀ ਗੱਲ ਕਰੀਏ ਤਾਂ ਉਹ ਇੱਕ ਖੁਦਗਰਜ ਸੀ ਬੇਰਮ ਸੀ ਗਾਲੀ ਗਲੋਚ ਦੇਣ ਵਾਲਾ ਸੀ ਅਪਮਾਨਿਤ ਸੀ ਹੰਕਾਰੀ ਸੀ ਤੇ ਕੰਜੂਸ ਸੀ ਠੀਕ ਹੈ ਸਭ ਤੋਂ ਫਸਟ ਪੁਆਇੰਟ ਅਸੀਂ ਉਹਦੀ ਗੱਲ ਕਰਦੇ ਹਾਂ ਖੁਦਗਰਜ ਤੇ ਬੇਰਮ ਵਿਅਕਤੀ ਜਿਹੜਾ ਲਾਲੂ ਸ਼ਾਹ ਸੀ ਉਹ ਕਿ ਖੁਦਗਰਜ ਸੀ ਬੇਰਮ ਵਿਅਕਤੀ ਸੀ ਠੀਕ ਹੈ ਜਦੋਂ ਉਹ ਬਾਰੂ ਨੂੰ ਬਾਗਾਂ ਦੇ ਵਿੱਚੋਂ ਕੱਢ ਦਿੰਦਾ ਮਤਲਬ ਨੌਕਰੀ ਤੋਂ ਕੱਢ ਦਿੰਦਾ ਉਸ ਤੋਂ ਬਾਅਦ ਮਤਲਬ ਉਹਨੂੰ ਉਹਦੇ ਤੇ ਬਿਲਕੁਲ ਤਰਸ ਨਹੀਂ ਆਉਂਦਾ ਠੀਕ ਹੈ ਬਾਅਦ ਵਿੱਚ ਉਹਨੂੰ ਆਪਣੇ ਸਿਰਫ ਬਾਗਾਂ ਦੀ ਫਿਕਰ ਪੈ ਜਾਂਦੀ ਹੈ ਵੀ ਮੇਰੇ ਬਾਗਾਂ ਦੀ ਰਾਖੀ ਦਾ ਕੰਮ ਕੌਣ ਕਰੂੰਗਾ ਠੀਕ ਹੈ ਸੈਕਿੰਡ ਪੁਆਇੰਟ ਹੈ ਗਾਲੀ ਗਲੋਚ ਕਰਨ ਵਾਲਾ ਉਹਦੀ ਜ਼ਬਾਨ ਬਹੁਤ ਜ਼ਿਆਦਾ ਗੰਦੀ ਸੀ ਉਹ ਬਾਰੂ ਨੂੰ ਜਦੋਂ ਨੌਕਰੀ ਤੋਂ ਕੱਢ ਦਿੰਦਾ ਤਾਂ ਉਹਨੂੰ ਗਾਲੀ ਗਲੋਚ ਦਿੰਦਾ ਬਹੁਤ ਜ਼ਿਆਦਾ ਅਪਮਾਨਿਤ ਕਰਦਾ ਠੀਕ ਹੈ ਕਹਾਣੀਕਾਰ ਕੀ ਲਿਖਦਾ ਕਹਿੰਦੇ ਉਸਦੀਆਂ ਗਾਲਾਂ ਇੰਨੀਆਂ ਗੰਦੀਆਂ ਸੀ ਕਿ ਇੱਕ ਵਾਸਤਵਵਾਦੀ ਕਹਾਣੀ ਲੇਖਕ ਵੀ ਉਸਨੂੰ ਆਪਣੀ ਕਹਾਣੀ ਵਿੱਚੋਂ ਲਿਖਣੋਂ ਸ਼ਰਮਾ ਜਾਵੇ ਕਹਿੰਦੇ ਮਤਲਬ ਇੰਨੀ ਜ਼ਿਆਦਾ ਗੰਦੀ ਜ਼ਬਾਨ ਸੀ ਉਹਦੀ ਠੀਕ ਹੈ ਥਰਡ ਹੈ ਕਾਲੇ ਸੁਭਾਅ ਦਾ ਉਹ ਬਹੁਤ ਜ਼ਿਆਦਾ ਕਾਲੇ ਸੁਭਾਅ ਦਾ ਸੀ ਮੈਂ ਪਹਿਲਾਂ ਵੀ ਗੱਲ ਕਰ ਚੁੱਕੀ ਹਾਂ ਵੀ ਜਦੋਂ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਉਹਨੂੰ ਸਿਰਫ ਆਪਣੇ ਬਾਗਾਂ ਦੀ ਰਾਖੀ ਦਾ ਫਿਕਰ ਪੈ ਜਾਂਦਾ ਵੀ ਮੇਰੇ ਬਾਗਾਂ ਦੀ ਰਾਖੀ ਕੌਣ ਕਰੂਗਾ ਠੀਕ ਹੈ ਨੈਕਸਟ ਹੈ ਡਰਾਕਲ ਲਾਲੂ ਸ਼ਾਹ ਇੱਕ ਡਰਾਕਲ ਆਦਮੀ ਸੀ ਠੀਕ ਹੈ ਜਦੋਂ ਉਹ ਬਾਗਾਂ ਦੇ ਵਿੱਚ ਰਹਿੰਦਾ ਤਾਂ ਮੋਰ ਦੀ ਕੂਕ ਸੁਣ ਕੇ ਡਰ ਜਾਂਦਾ ਉਹ ਇਕੱਲਾ ਬਾਗਾਂ ਦੀ ਰਾਖੀ ਨਹੀਂ ਸੀ ਕਰ ਸਕਦਾ ਇਸ ਲਈ ਮਤਲਬ ਆਪਣਾ ਉਹ ਇੱਕ ਨੌਕਰ ਰੱਖਦਾ ਸੀ ਠੀਕ ਹੈ ਉਹਨੂੰ ਆਪਦੀ ਜਾਨ ਬਹੁਤ ਜ਼ਿਆਦਾ ਪਿਆਰੀ ਸੀ ਕੰਜੂਸ ਜਿਹੜਾ ਲਾਲੂ ਸ਼ਾਹ ਸੀ ਉਹ ਬਹੁਤ ਜ਼ਿਆਦਾ ਕੰਜੂਸ ਸੀ ਕਦੇ ਵੀ ਪੈਸਾ ਨਹੀਂ ਸੀ ਕੱਢਦਾ ਠੀਕ ਹੈ ਮਤਲਬ ਇਸ ਕਹਾਣੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਉਹਦੇ ਇੱਕ ਘਿਰਣਾਯੋਗ ਹਾਲਤ ਨੂੰ ਪੇਸ਼ ਕੀਤਾ ਠੀਕ ਹੈ ਮਤਲਬ ਇਹ ਦੋ ਕਰੈਕਟਰ ਸੀਗੇ ਬਾਰੂ ਤੇ ਲਾਲੂ ਸ਼ਾਹ ਹੁਣ ਅਸੀਂ ਕਹਾਣੀ ਦੇ ਬਾਰੇ ਗੱਲ ਕਰਦੇ ਹਾਂ ਜੇ ਅਸੀਂ ਕਹਾਣੀ ਦੇ ਵਿੱਚ ਦੇਖੀਏ ਮੈਂ ਪਹਿਲਾਂ ਹੀ ਗੱਲ ਕਰ ਚੁੱਕੀ ਹਾਂ ਵੀ ਜਿਹੜਾ ਬਾਰੂ ਆ ਉਹ ਇੱਕ ਗਰੀਬ ਵਰਗ ਦੇ ਨਾਲ ਸੰਬੰਧ ਰੱਖਦਾ ਮਹੀਨੇ ਦੀ ਉਹਦੀ ਆਮਦਨ ਸਿਰਫ 17 ਰੁਪਏ ਸੀ ਠੀਕ ਹੈ ਜਿਹੜਾ ਉਹਦਾ ਭਰਾ ਸੀ ਉਹ ਸ਼ਹਿਰ ਦੇ ਵਿੱਚ ਪਾਂਡੀ ਦਾ ਕੰਮ ਕਰਦਾ ਸੀ ਕਹਾਣੀ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਇੱਕ ਦਿਨ ਜਦੋਂ ਬੁਖਾਰ ਨਾਲ ਲੰਮਾ ਪੈ ਗਿਆ ਤਾਂ ਕੋਲੋਂ ਲੰਘਦੇ ਸ਼ਹਿਰੀ ਕਲਰਕਾਂ ਨੇ ਅੱਧਖੜ ਕਲਰਕ ਤੋਂ ਬਿਨਾਂ ਉਸ ਵੱਲ ਧਿਆਨ ਨਾ ਦਿੱਤਾ ਤੇ ਬੁਖਾਰ ਵਿੱਚ ਲਾਲੂ ਸ਼ਾਹ ਨਾਲ ਜੋ ਗੱਲਬਾਤ ਹੋਈ ਉਸ ਤੋਂ ਖਿੱਚ ਕੇ ਉਸਨੇ ਨੌਕਰੀ ਤੋਂ ਜਵਾਬ ਦੇ ਦਿੱਤਾ ਤੇ ਰੋਹ ਵਿੱਚ ਬਿਸਤਰਾ ਚੁੱਕ ਕੇ ਘਰ ਵੱਲ ਤੁਰ ਪਿਆ ਠੀਕ ਹੈ ਮਤਲਬ ਉਹਦੀ ਜਿਹੜੀ ਨੌਕਰੀ ਸੀ ਉਹਦੇ ਹੱਥੋਂ ਚਲੀ ਗਈ ਸੀ ਠੀਕ ਹੈ ਜਦੋਂ ਘਰ ਆ ਕੇ ਮੰਜੇ ਤੇ ਪੈ ਗਿਆ ਤੇ ਉਹਨੇ ਆਪਣੀ ਮਾਂ ਤੇ ਭਰਜਾਈ ਨਾਲ ਗੱਲ ਕੀਤੀ ਤਾਂ ਉਹ ਵੀ ਉਹਨੂੰ ਗਾਲਾਂ ਕੱਢਣ ਲੱਗ ਗਿਆ ਵੀ ਉਹ ਨੌਕਰੀ ਕਿਉਂ ਛੱਡ ਕੇ ਆਏ ਠੀਕ ਹੈ ਜਦੋਂ ਉਹ ਸਵੇਰੇ ਅਗਲੀ ਸਵੇਰ ਬਿਸਤਰਾ ਚੱਕ ਕੇ ਫੇਰ ਬਾਗਾਂ ਦੇ ਵਿੱਚ ਪੁੱਜਾ ਤਾਂ ਉਹਦਾ ਜਿਹੜਾ ਭਰਾ ਸੀ ਉਹ ਘਰ ਆ ਗਿਆ ਸੀ ਲਾਲੂ ਸ਼ਾਹ ਬਾਗ ਦਾ ਹਾਲ ਦੇਖਣ ਆਇਆ ਤਾਂ ਬਾਗਾਂ ਦਾ ਹਾਲ ਦੇਖ ਕੇ ਉਹ ਬਾਰੂ ਨੂੰ ਗਾਲਾਂ ਕੱਢਣ ਲੱਗ ਗਿਆ ਕਿ ਉਹਦੀ ਅਕਲ ਅੱਜ ਟਿਕਾਣੀ ਆਈ ਆ ਬਾਰੂ ਨੇ ਉਸਦੀ ਮਾਂ ਨੂੰ ਗਾਲਾਂ ਸੰਬੰਧੀ ਕਹੀ ਗੱਲ ਦੱਸੀ ਤੇ ਉਹ ਘਰ ਮੁੜ ਗਿਆ ਬਾਰੂ ਨੂੰ ਅੱਜ ਫਿਰ ਰੋਟੀ ਨਾ ਪਹੁੰਚੀ ਤੇ ਦੁਪਹਿਰੇ ਲੋਕਾਠਾਂ ਕਰਕੇ ਖਾਣ ਕਰਕੇ ਫਿਰ ਬੁਖਾਰ ਦਾ ਸ਼ਿਕਾਰ ਹੋ ਗਿਆ ਠੀਕ ਹੈ ਮਤਲਬ ਕਹਾਣੀ ਦੇ ਵਿੱਚ ਕੀ ਦੇਖਦੇ ਹਾਂ ਜਿਹੜਾ ਬਾਰੂ ਸੀ ਉਹਨੂੰ ਅੱਜ ਵੀ ਰੋਟੀ ਨਹੀਂ ਸੀ ਮਿਲੀ ਬਾਗਾਂ ਦੇ ਵਿੱਚ ਠੀਕ ਹੈ ਉਹਨੂੰ ਭੁੱਖ ਲੱਗੀ ਹੋਈ ਸੀ ਮਲੇਰੀਆ ਦਾ ਬੁਖਾਰ ਚੜਿਆ ਹੋਇਆ ਸੀ ਠੀਕ ਹੈ ਉਹਨੇ ਫਿਰ ਬਾਗਾਂ ਦੇ ਵਿੱਚ ਲੋਕਾਠਾਂ ਖਾ ਕੇ ਹੀ ਆਪਣਾ ਢਿੱਡ ਭਰ ਲਿਆ ਜਿਸ ਕਾਰਨ ਉਹਨੂੰ ਮਲੇਰੀਆ ਦਾ ਬੁਖਾਰ ਹੋਰ ਹੋ ਗਿਆ ਠੀਕ ਹੈ ਉਹ ਲੇਟ ਗਿਆ ਬੇਸੁਰਤ ਪਿਆ ਰਿਹਾ ਜਦੋਂ ਸਵੇਰ ਤੱਕ ਦੇਖਿਆ ਤਾਂ ਉਹ ਬਿਲਕੁਲ ਮਰ ਚੁੱਕਾ ਸੀ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋ ਚੁੱਕੇ ਸੀ ਉਹ ਸਮਝਦੇ ਸੀ ਵੀ ਇਹਨੂੰ ਕਿਸੇ ਡਾਕੂ ਨੇ ਕਤਲ ਕਰ ਦਿੱਤਾ ਠੀਕ ਹੈ ਜਿਹੜੇ ਸੈਰ ਕਰਦੇ ਕਲਰਕ ਸੀ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਅੱਧਖੜ ਕਲਰਕ ਸੀ ਉਹਨੇ ਇਹ ਕਿਹਾ ਕਹਿੰਦਾ ਤੁਸੀਂ ਮੂਰਖੋ ਜਾਂ ਰੱਖਾਮ ਹੋਏ ਠੀਕ ਹੈ ਕਹਿੰਦੇ ਜਿਹੜੀ ਬਾਰੂ ਦੀ ਭਰਜਾਈ ਸੀ ਉਹ ਸ਼ਾਮ ਵੇਲੇ ਲੈ ਕੇ ਆ ਰਹੀ ਸੀ ਬਾਗ ਉੱਜੜ ਚੁੱਕਾ ਸੀ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਉਸ ਬਾਰੂ ਦਾ ਕਤਲ ਕਰਨ ਵਾਲਾ ਜਿਹੜਾ ਡਾਕੂ ਸੀ ਉਹ ਕੌਣ ਸੀ ਪਰ ਅਸਲ ਗੱਲ ਇਹਦੀ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਡਾਕੂ ਸੀ ਉਹ ਤਾਂ ਉਹਦੇ ਘਰ ਸੁੱਤਾ ਪਿਆ ਸੀ ਠੀਕ ਹੈ ਮਤਲਬ ਇਸ ਤਰ੍ਹਾਂ ਅਸੀਂ ਕਹਾਣੀ ਦੇ ਵਿੱਚ ਦੇਖਦੇ ਹਾਂ ਵੀ ਜਿਹੜਾ ਬਾਰੂ ਹੈ ਉਹਨੂੰ ਇੱਕ ਗਰੀਬੀ ਭਰਿਆ ਜੀਵਨ ਗੁਜ਼ਾਰਨਾ ਪੈਂਦਾ ਠੀਕ ਹੈ ਲੋਕਾਂ ਵੱਲੋਂ ਉਹਨੂੰ ਅਪਮਾਨਿਤ ਕੀਤਾ ਜਾਂਦਾ ਪਰ ਫਿਰ ਵੀ ਉਹਨੂੰ ਮਜਬੂਰੀ ਕਾਰਨ ਬਾਗਾਂ ਦੇ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਲੋਕਾਠਾਂ ਖਾਣੀਆਂ ਪੈਂਦੀਆਂ ਪਰ ਫਿਰ ਵੀ ਉਹ ਬਿਮਾਰੀ ਦੇ ਕਾਰਨ ਲਗਾਤਾਰ ਉਸੇ ਤਰੀਕੇ ਦੇ ਨਾਲ ਕੰਮ ਕਰਦਾ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਇਸ ਕਹਾਣੀ ਦੇ ਵਿੱਚ ਗਰੀਬ ਵਰਗ ਦੇ ਲੋਕਾਂ ਦੀ ਜਿਹੜੀ ਇੱਕ ਕਹਾਣੀ ਨੂੰ ਯਥਾਰਥਿਕ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਥੈਂਕ ਯੂ